ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਥਾਰਾ ਗੱਲਾਂ ਗਲਾਕੜ ਪਰਮਜੀਤ ਲਾਡਾ। ਔਰ ਵੀਰ ਜੀ, 24 ਅਪ੍ਰੈਲ ਦੀਆਂ ਬੜੀਆਂ ਖਬਰਾਂ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਲੈ ਕੇ ਹਾਜ਼ਰ ਹੋ ਗਿਆ ਵੀਰ। ਔਰ ਸਭ ਤੋਂ ਪਹਿਲਾਂ ਅੱਜ ਦੀਆਂ ਬੜੀਆਂ ਖਬਰਾਂ ਵਾ ਮਾਰਾਂ ਨਿਗਾਹ। ਹਿਓ ਬਾਪੂ ਪ੍ਰਕਾਸ਼ ਬਾਦਲ ਕੀ ਨੂੰਹ ਬੀਬੀ ਬਾਦਲ ਕਹਿ ਰਹੀ, ਕਹਾ ਮੋਦੀ ਨੇ ਤੋ 70,000 ਟਨ ਰਾਸ਼ਨ ਪੰਜਾਬ ਮਾ ਭੇਜਿਆ, ਕਹਾ ਕਿੱਥਾ ਲਾ ਤਿਆ ਥਾਨ ਹੈ ਯੋ ਰਾਸ਼ਨ ਪੰਜਾਬ ਮਾ। ਕਰੋਨੇ ਗੱਲ ਕਹਿ ਮੌਤਾਂ ਹੋ ਰਹੀਆਂ, ਕੈਪਟਨ ਕਹਿ ਰਿਹਾ ਵੀ ਇਸਕੀ ਕਰੋ ਜਾਂਚ। ਦਿੱਲੀ ਵਾਲੇ ਕਹਿ ਰਹੇ ਕਹਾ ਕੁੱਲ ਕਹਾ 2,376 ਬੰਦੇ ਦਾਖਲ ਹੋਏਗਾ, 808 ਬੰਦੇ ਠੀਕ ਕਰਕੇ ਭੇਜਤੇ। ਔਰ ਕਹੇ ਜੇ ਕਰਫਿਊ ਦੇ ਬਾਹਰ ਨਿਕਲੇ ਜਲੰਧਰ ਵਾਲੇ, ਕਹਾ ਇਨਕਾ ਕਹਾ ਇੱਕ ਤੋਂ ਪਾਸਪੋਰਟ ਨਹੀਂ ਬਣਦਾ, ਇੱਕ ਲਾਇਸੈਂਸ ਨਹੀਂ ਬਣਦਾ ਅਸਲੇ ਵਾਲਾ। ਪਾਵਰਕੌਮ ਨੇ ਬਿਜਲੀ ਖਪਤਕਾਰਾਂ ਨੂੰ ਬੜੀ ਰਾਹਤ ਦੇ ਤੀ। ਹਰਿਆਣੇ ਮਾ ਖੱਟਰ ਨੇ ਕਿਹਾ ਜ਼ਿਮੀਦਾਰਾਂ ਕਾ ਮਜ਼ਦੂਰਾਂ ਕਾ ਆੜ੍ਹਤੀਆਂ ਕਾ ਵੀ ਬੀਮਾ ਕਰਤਿਆ 10-10 ਲੱਖ ਕਾ। ਔਰ ਕੁੱਤੇ ਲੱਭੇਗੇ ਵੀ ਸੁੰਘ ਕਾ ਵੀ ਕਿਹੜੇ ਬੰਦੇ ਮਾ ਕਰੋਨਾ ਵੜ ਰਿਹਾ। ਔਰ ਮਰੂਤੀ ਵਾਲੇ ਕਹਿ ਰਹੇ ਕਹਾ ਆਪਾਂ ਫੈਕਟਰੀ ਤਾਂ ਚਲਾਵੇਂਗੇ, ਪਹਿਲਾਂ ਮਰੂਤੀਆਂ ਵੇਚਣੇ ਕਾ ਜੁਗਾੜ ਕਰ ਲਿਓ। ਕੇਂਦਰ ਸਰਕਾਰ ਨੇ ਮਹਿੰਗਾਈ ਭੱਤੇ ਮਾ ਮਾਰੀ ਕੈਂਚੀ। ਸੁਰੱਖਿਆ ਗਾਰਡਾਂ ਨੂੰ ਕੁੱਟ ਕਾ 11 ਜਵਾਕ ਜੇਲ੍ਹਾਂ ਦੇ ਦੌੜ ਗਏ। ਔਰ ਮੋਦੀ ਨੇ ਆਪਣੇ ਪੁਰਾਣੇ ਯਾਰੀਆਂ ਨੂੰ ਟੈਲੀਫੋਨ ਕਰਕੇ ਪੁੱਛਿਆ ਹਾਲ ਚਾਲ। ਯੋ ਵੀਰ ਬੜੀਆਂ ਖਬਰਾਂ, ਪਹਿਲਾਂ ਬੜੀ ਖਬਰ ਕੇ ਉੱਪਰ ਚਲਾਂ। ਬੀਬੀ ਹਰਸਿਮਰਤ ਕੌਰ ਬਾਦਲ ਯੋ ਵੀਰ ਕੱਲ੍ਹ ਉੱਥਾ ਬਠਿੰਡੇ ਮਾ ਏਮਸ ਹਸਪਤਾਲ ਪਹੁੰਚੀ ਤੀ ਉੱਥਾ। ਔਰ ਕੈਪਟਨ ਕੀ ਸਰਕਾਰ ਪਾ ਮਾਰੇ ਬੜੇ ਬੜੇ ਨਿਸ਼ਾਨੇ ਕਾ, ਉਰਾ ਕਹਾ ਲੋਕ ਕਰੋਨੇ ਗਏ ਨੀ ਕਹਾ, ਉਰਾ ਤਾਂ ਲੋਕ ਭੁੱਖੇ ਮਰ ਰਹੇ। ਔਰ ਵੀਰ ਯੋ ਇਸ ਕਰਕੇ ਕਿਹਾ ਬਠਿੰਡੇ ਮਾ ਇੱਕ ਵੀ ਕੇਸ ਨਹੀਂ ਆਇਆ ਕਰੋਨੇ ਕਾ, ਉੱਥਾ ਤੋਂ ਭੁੱਖ ਗੈਲੇ ਮਾਰਦੇ ਗਏ ਬੰਦੇ ਸਾਰੇ। ਔਰ ਸਰਕਾਰ ਕਹੇ ਮੋਦੀ ਸਾਹਿਬ ਨੇ ਕਹਾ 70,000 ਟਨ ਟਰੱਕ ਯੋ ਰਾਸ਼ਨ ਟਰੱਕਾਂ ਭਰ ਭਰ ਕਾ ਭੇਜਿਆ, ਜਿਸ ਤਰ੍ਹਾਂ ਯੋ ਪ੍ਰਕਾਸ਼ ਬਾਦਲ ਕਾ ਛੋਕਰਾਂਗੇ ਕਰਤਾ ਵੀ ਨੋਟਾਂ ਕੇ ਟਰੱਕ ਆ ਰਹੇ। ਇਸ ਤਰ੍ਹਾਂ ਵੀਰ ਉੱਥੇ ਤਾਂ ਕਹਾ ਰਾਸ਼ਨ ਕੇ ਟਰੱਕ ਆਏ ਭਰ ਭਰ ਕਾ। ਪੰਜਾਬ ਕੇ ਵਿੱਚ ਮੰਤਰੀ ਕਰੇ ਕਹਾ ਦਿੱਲੀ ਨੇ ਕੁਛ ਦਿਆ ਨਹੀਂ ਕਹੇ, ਮੋਦੀ ਨੇ ਕੁਛ ਦਿਆ ਨਹੀਂ ਕਹਾ, 1,000 ਕਰੋੜ ਰੁਪਏ ਕੀ ਮਦਦ ਕਰਤੀ ਕਹਾ ਈਬੀ ਕਹਾ, ਯੋ ਕਹਿ ਰਹੇ ਦਿਆ ਨਹੀਂ ਹੈ। ਪੰਜਾਬ ਸਰਕਾਰ ਨੂੰ ਕਹਾ ਪੈਸਾ ਯੋ ਕਹਿ ਵੀ ਯੋ ਪੈਸੇ ਦਾ ਕੀ ਹੈ ਕਹਿ, ਇਹ ਤੋਂ ਕਹਾ ਭੁੱਖ ਗੈਲ ਮਾਰ ਰਹੇ ਕਹਾ, ਪੈਸਾ ਕਰੀ ਜਾ ਰਹੇ, ਰਾਸ਼ਨ ਵੀ ਤੋਂ ਭੇਜਿਆ ਈਸ਼ਵਰ ਵੀ ਤੋਂ ਗਿਣੋ ਕਾਗਜ਼ਾਂ ਮਾ ਹੈ, ਕਰੋੜਾਂ ਰੁਪਇਆ ਦੇ ਤਿਆ ਕਹਾ ਪੰਜਾਬ ਸਰਕਾਰ ਨੂੰ, ਇਹ ਤੱਕ ਕਹਿ ਰੱਜੇ ਨਹੀਂ ਉਹ, ਕਦੋਂ ਕਹਾ ਮੁੱਖ ਮੰਤਰੀ ਨਹੀਂ ਰੱਜਦਾ ਇਹ ਕਿਉਂ ਮਨਪ੍ਰੀਤ ਬਾਦਲ ਨਹੀਂ ਕਹਾ, ਇਨਕੇ ਵਾਸਤਾ ਥੋੜ੍ਹੀ ਦਏ ਪੈਸੇ ਕਹਾ, ਇਹ ਤਾਂ ਗਰੀਬ ਲੋਕਾਂ ਵਾਸਤਾ ਫੰਡ ਦਿਆ, ਇਹ ਤੋਂ ਆਪਣੇ ਖਾਤੇ ਤਾਰ ਰਹੇ ਉਧਾਰ, ਇਹ ਪੈਸਾ ਜਿਹੜਾ ਆਧਾਰ ਤਾਰ ਰਹੇ ਆਪਣਾ। ਇਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਮਿਤ ਸ਼ਾਹ ਨੂੰ ਟੈਲੀਫੋਨ ਕਰਿਆ, ਕਹਿ ਰਿਹਾ ਵੀਰ ਪੰਜਾਬ ਮਾ ਕਾ ਸ਼ਰਾਬ ਕੇ ਠੇਕਿਆਂ ਨੂੰ ਕਾ ਜਿੰਦੇ ਲੱਗ ਰਹੇ, ਖਿਲਾ ਦਿਓ ਵੀ ਇਜਾਜ਼ਤ ਦੇ ਦਿਓ, ਐਕਸਾਈਜ਼ ਮਾ ਦੇ ਪੈਸੇ ਬਹੁਤ ਆ ਮਾ। ਬਸ ਕੱਲ੍ਹ ਫਿਰ ਅਮਿਤ ਸ਼ਾਹ ਤੋਂ ਕਹਿ ਗਿਆ ਕਹਾ ਵੀਰ ਮਤਲਬ ਇਹ ਨਹੀਂ ਕਹਾ ਠੇਕੇ ਖੋਲਦੇ ਥੰਮ, ਕਹਾ ਜੋ ਕੋਈ ਬੰਦਿਆਂ ਵਾਲੀ ਬਾਤ ਬਣਾ, ਪੂਰਾ ਲੋਕ ਮਰ ਰਹੇ ਕਹਾ, ਪੂਰਾ ਕਰੋਨੇ ਗੱਲ ਥੰਮ ਦਾਰੂ ਕੇ ਠੇਕੇ ਖੋਲਣ ਨੂੰ ਫਿਰ ਰਹੇ। ਔਰ ਯੋ ਬਾਤ ਵਾ ਬੀਬੀ ਬਾਦਲ ਕਹਿ ਰਹੀ ਕਹਾ ਮੈਨੂੰ ਤਾਂ ਨਿਊ ਲੱਗ ਰਿਹਾ ਵੀ ਕੈਪਟਨ ਕੇ ਘਰ ਵੀ ਸ਼ਰਾਬ ਖਤਮ ਹੋ ਗਈ ਕਹਾ, ਇਸ ਕਰਕੇ ਸਰਕਾਰ ਕਹਾ ਤਾਂ ਹੀ ਯੋ ਕੇਂਦਰ ਸਰਕਾਰ ਨੂੰ ਲਾਰੀ ਗੁਹਾਰ ਵੀ ਖੋਲੋ ਠੇਕੇ, ਆਪਾਂ ਵੀ ਲਿਆਣੀ ਪੇਟੀ ਜਾਕਾ। ਯੋ ਵੀਰ ਕੱਲ੍ਹ ਬੀਬੀ ਬਾਦਲ ਨੇ ਕੈਪਟਨ ਕੀ ਸਰਕਾਰ ਪਾ ਵਾਹ ਬਾਤਾਂ ਸੁਣਾਈਆਂ ਵੀਰ, ਵਾਹ ਬਾਤਾਂ ਸੁਣਾਈਆਂ, ਛੱਡ ਦਿਓ ਬਾਤ। ਉੱਧਰ ਯੋ ਝੰਡਾ ਕਹਿ ਰਿਹਾ ਕਹਾ ਲੈ ਜੇ ਥਾਨੇ ਦੇ ਆ, ਬੀਬੀ ਨੂੰ ਕਹਿ ਰਿਹਾ ਵੀ ਜੇ ਥਾਨੇ ਉੱਥੋਂ ਦੇ ਦਏ ਇੰਨੇ ਪੈਸੇ ਪੰਜਾਬ ਨੂੰ, ਕਹਾ ਦਿਖਾਓ ਪਰਚੀਆਂ ਰਸੀਦਾਂ ਦਿਖਾਓ ਕਿੱਥਾ ਦਏ ਪੈਸੇ। ਔਰ ਜੇ ਕਹਾ ਪੈਸੇ ਮਿਲੇ ਫਿਰ ਰਾਜੇ ਨੂੰ ਵੀ ਪਰ ਰਸੀਦਾਂ ਕੱਢ ਕੇ ਦਿਖਾਓ, ਜੇ ਰਾਜਾ ਕਹਿ ਰਿਹਾ ਨਹੀਂ ਮਿਲੇ ਕਹਾ ਯੋ ਵੀ ਦਿਖਾਵੇ ਖਾਤੇ ਵੀ ਆਏ ਨਹੀਂ ਪੈਸੇ ਕਿਸੇ ਪਾਸੇ ਦੇ, ਇਹੋ ਕੰਮ ਹੋ ਗਿਆ। ਚਲੋ ਠੇਕੇ ਵੀ ਨਹੀਂ ਖੁੱਲਦੇ ਵੀਰ ਪੰਜਾਬ ਮਾ, ਇਹੋ ਜਿਹੜੇ ਸ਼ਰਾਬੀ ਬਾਗ ਵਾਸੀਆਂ ਲੈ ਰਹੇ ਤੇ ਇਹੋ ਕਹਿ ਰਹੇ ਕਹਾ ਇਹ ਵੀ ਨਹੀਂ ਖੋਲਦਾ, ਅਮਿਤ ਸ਼ਾਹ ਕਹਿ ਰਿਹਾ ਬੰਦ ਕਰੋ ਠੇਕਾ ਵਾ, ਜਿੰਦੇ ਦੋ ਲਾ ਦਿਓ ਕਹਾ। ਚਲੋ ਖੈਰ, ਇਹੋ ਦਿੱਲੀ ਮਾ ਕਹਾ ਵੀ ਕਰੋਨਾ ਵਾਇਰਸ ਕੇ 2,376 ਬੰਦੇ ਆਏ ਨਿਕਲ ਕਹਾ, 808 ਬੰਦਾ ਠੀਕ ਕਰਕੇ ਭੇਜਿਆ। ਆਹ ਦਿੱਲੀ ਵਾਲੇ ਮਾਰ ਰਹੇ ਪੁੱਠੀਆਂ ਸਾਲਾ, ਡਾਕਟਰ ਕਹਿ ਰਹੇ ਵੀ ਬਹੁਤ ਕੰਮ ਆਨੇ ਤੋ ਸੀਗਾ ਛਿੜਕਾ, ਇਹ ਤੱਕ ਮਾਰੇ ਇਲਾਕੇ ਮਾ ਨਹੀਂ ਕੋਈ ਛਿੜਕਾ ਕਰਨ ਵਾਲਾ ਹੈ ਵੀਰ। ਇੱਕ ਦਿਨ ਆਇਆ ਤਾਂ ਛੋਟੀ ਜਿਹੀ ਡਰਮੀ ਚੱਕੀ ਫਿਰ ਰਿਹਾ ਤਾ ਵੀਰ, ਇਹ ਤਾਂ ਨਿਊ ਕਰ ਰਿਹਾ ਤਾ, ਜਿਸ ਤਰ੍ਹਾਂ ਵੀ ਉਹ ਥੋੜ੍ਹਾ ਪ੍ਰਸਾਦ ਬਣਿਆ ਵਾ ਵੀ ਅਗਲਾ ਮਾੜਾ ਮਾੜਾ ਦੇਵਾ, ਉਸ ਤਰ੍ਹਾਂ ਮਾੜੀ ਮਾੜੀ ਗੇਰ ਕਾ ਚਲਿਆ ਗਿਆ ਵੀ ਕਿਸੇ ਨੂੰ ਆਏ ਨਾ ਲੱਗੇ ਵੀ ਆਇਆ ਨਹੀਂ ਸੈਨੀਟਾਈਜ਼ਰ ਕਰਨ। ਇਹ ਦਿੱਲੀ ਮਾ ਤਾਂ ਦੇਖ ਲਓ ਵੀਰ ਟੈਂਕਰੇ ਲਈ ਫਿਰ ਰਹੇ, ਅਗਲਾ ਟੈਂਕਰਾਂ ਗੇਲ ਕਰ ਰਹੇ ਵੀ ਕਿਸੇ ਵੀ ਹਿੱਲੇ ਵਸੀਲੇ ਉਰੇ ਤਾਂ ਕਰੋਨੇ ਭਜਾਣੇ ਆਪਾਂ।
यो पीर चाह पता लग्या कल फिर यो कैप्टन अमरिंदर बीबी यो कह लो सोनिया गांधी यो राहुल गांधी की बीबी इसका टेलीफोन आ गया वीडियो कॉन्फ्रेंसिंग कर ली वीडियो बात करिया और यो कह रही बीबी कह भाई यो कितना उरा बंदे चढ़ रहेगा इसका को करे इलाज थाने भी उरा तो बंदे बहुत पंजाब में जा रहे 19 यो कह लो कोविड 19 कह लो यो इतनी कहा टीम थाने लाइया मिया इंदिरा कुछ कहा यो क्या चक्कर भी बंदे बहुत मार रहे पंजाब में सारे सूबे से ज्यादा पंजाब में बंदे मार रहे ये मुख्यमंत्री कह रहा जी क्या कराया कहा बंदे हमारा लेट हस्पताल में ढीले होगा ये पता बाद में लगा इब टेस्ट करेंगे कहा फिर पता लगेगा टेस्ट वाली किटा ये मंगाइया पता नहीं ना नहीं यो तो पता नहीं मनु पर राजा कह रहा मैंने ग्रुप तैयार कर लिया जी एक का कच्छा का होर का पीजीआई का यो साहब का डायरेक्टर जेड़ा के तलवाड़ यो बाबा फरीद मेडिकल यूनिवर्सिटी का यो जेड़ा कुलपति राज बहादुर पीजीआई का एक होर यो मुखी डॉक्टर राजेश यो सारे रल के कहा पर बना रहे जी यो सारी स्कीम तैयार कर रहे जांच के आदेश देते भी पंजाब में बंदे क्यों मर रहे और विरोधी धिर वाले पिछे जो कह रहे थे कहा इब ना तो कहीं ना कोई दवाई ना कोई साजो समान ना टेस्ट किटा यो बंदे मरेंगे फिर ये जेड़ा ठीक होके हटिया उसते 5 लाख मांग रहे अस्पताल वाले का 5 लाख दे फिर भेजे घर नहीं उड़ी बन लेंगे तेनों करोने ने तो छड़ दिया फिर इब अस्पताल वाले बन का बिठा लिया उसने कहा भी करोना तो चलो छड़ गया आपा नहीं छड़ते जिनी देर था 5 लाख नहीं भरते और राजे ने भी करा था टेलीफोन छोकरे नु करा फिर किस तरह कहा जी उरे धंधे नहीं कहा मैंने छुट्टी हो हाँ कोई बात नहीं पुत करा इलाज तेरा भी यो कह लो वीर इव यो पंजाब के बिच में इव 286 केस 17 बंदे मार लिए वीर इस कार का यो नाजुक स्थिति बनी भी मैं तो आप कह रहा वीर यो हस्पताल में जाने से चंगा घर बहजो राम गल यो पंजाब का तो कह रहे हो रबे रखा यो तो दिल्ली में होंगे फिर तो चलो कह भी सकते भी दिल्ली में तो चलो फिर उठा इलाज वधिया हो रहा लोगों का पर भीर पंजाब में तो इव कह रहे भी बीबी सोनिया गांधी ने भी जब सवाल पाते हैं ना इसका मतलब यो कह लो भी कम औखा चलो खैर देखो क्या बनागा इव जलंधर के बिच में भीर कल एक होर ऐलान करते कहा भी जेड़े बंदे बाहर फिर रहे ना गेड़े खांदे बिना कम दे इन्हों कोई कम नहीं लेना नहीं देना नहीं कहा भी यो बंद होगा इंजन किस तरह होगा यो पुलिस कमिश्नर गुरप्रीत भुलर डिप्टी कमिश्नर वरिंदर शर्मा SSP देहाती नवजोत महल इन्होंने चेतावनी दी पुलिस का जो करफ्यू लाया वा कहा जेडे बिना वजह भड़कते फिर रहे सड़क पर कहा जे फस गए कहा भी इनके कहा भी एक तो पासपोर्ट की इनकुआरी आवा एक तो पासपोर्ट नहीं बन देंगे एक पुलिस का जो असला बनाना पासपोर्ट यो असले का लसेंस कहा भी यो रिपोर्ट पुलिस के आधार पर बना कहा अपन तो कहा नकारात्मक रिपोर्ट दे देंगे भी यो बंदा चज का है नहीं तो नकाती बंदा यो पासपोर्ट नहीं कहा बनता फिर उसका ना बने असला का कर लियो फिर जो करना कहा कर लियो की भांडा इव असला लसेंस देने का काम पुलिस कमिश्नर का हुआ और यो कह लो पुलिस का भी आसानी गल कार्रवाई कर नहीं सकती यो कह लो भी असला लसेंस कमिश्नर पर बना इस कार का कह रहे भी वीरे भी भुलेखे में ना रहो भी चलो केड़ा किसी ने कहना कुछ और उधर कैप्टन ने कल फिर ऐलान करता का भी बिजली के बिल भरने जी ने 30 अप्रैल तक भर सका भीर कोई बात नहीं 20 मार्च से लेकर 9 मई तक पहला करा था इन्होंने फैसला भी 10 मई तक भर दियो फिर लोग कह रहे जी कहा तो फिर थाने का करते जी करफ्यू इतना भर देंगे जाका जी फिर 20 अप्रैल करती का चलो 20 अप्रैल तक भर दियो फिर कह रहे जी 20 तक कितना भर देंगे जी 2 दिन दिहाड़ियां भी लावेंगे जाका फिर कह रहे चलो 30 अप्रैल तक भर दे 30 अप्रैल तक बिजली का बिल भर दियो जुर्माना नहीं ठोक दे और उधर हरियाणा के बिच में खट्टर ने कल एक होर काम खड़ा करता पंजाब खातर यो पंजाब खातर ही हो गया फिर ये खट्टर कह रहा कहा भी जेड़े ओ मतलब कोरोना वायरसेस 2 इसका बीमा योजना बनाते हैं वीर इसके बीच में कहा है वीर जितने भी कहा जिमीदार उठा लेबर वाले आड़ती है कहा इनका वीर बीमा करते आपने और यो 30 जून तक चलेगा
ਹਰਬੀਰ ਇਸਕੇ ਵਿੱਚ ਮੈਂ ਖੱਟਰ ਕਹਿ ਰਿਹਾ ਹੈਗਾ ਬਈ ਦਾਣਾ ਇੱਕ ਇੱਕ ਖਰੀਦੇਗਾ, ਟੈਨਸ਼ਨ ਨਹੀਂ ਕਰਨੀ ਕੋਈ। ਔਰ ਯੋ ਕਹਿ ਹਰਿਆਣਾ ਕਹਾ ਸਾਰਿਆਂ ਦੇ ਮੂਹਰਾ ਜਾ ਰਿਹਾ ਦੌੜਿਆ ਕਹਾ ਵੀਰ, ਪਹਿਲਾਂ ਵੀ 400,000 ਮੀਟਰਕ ਟਨ ਮਹੀਨੇ ਕਣਕ ਮਾਤ ਕਰੀ ਤੀ, ਇਹ ਪੰਜਾਬ ਵਾਲਿਆਂ ਨੇ ਕਹਾ 50,000 ਮੀਟਰਕ ਟਨ। ਪੰਜਾਬ ਵਾਲੇ ਤੋਂ ਵੀਰ ਜੇ ਲੋਕਾਂ ਨੂੰ ਦੇ ਰਹੇ ਉਹ ਤਾਂ ਯੋ ਕਹਿ ਲਓ ਵੀਰ, ਮਤਲਬ ਯੂਨੀਕੋ ਤੋਂ ਪਾਸੇ ਨਹੀਂ ਇਕੱਠੇ ਹੋ ਰਹੇ, ਇਹਦੇ ਤੋਂ ਕਹਾ ਟੋਕਨੇ ਨਹੀਂ ਵੰਡ ਹੋ ਰਹੇ। ਇਹ ਵੀ ਕਰਮਚਾਰੀਆਂ ਕਹਾ ਇਸਕੇ ਵਿੱਚ ਮਾਂ, ਯੋ ਕਹਿ ਲਓ ਵੀ ਕਿਸਾਨ ਮਜ਼ਦੂਰ ਨੌਕਰੀ ਵਾਲੇ ਖਰੀਦ ਏਜੰਸੀ ਵਾਲੇ 10,00,000 ਕਾ ਬੀਮਾ ਕਰੇਗੇ ਕਹਾ, ਜਿਤਨੀ ਦੇਰ ਮੰਡੀਆਂ ਖੁੱਲੀਆਂ ਰਹੇਗੀਆਂ ਜਦ ਤੱਕ ਲਾਗੂ ਰਹੇਗਾ, ਫਿਕਰ ਕਰਨੇ ਦੀ ਲੋੜ ਨਹੀਂ। ਔਰ ਉੱਧਰ ਵੀਰ ਕਹਾ ਵੀ ਕਰੋਨਾ ਵਾਇਰਸ ਕੇ ਮਰੀਜ਼ਾਂ ਗਿਣਤੀ 12-21,000 ਨੂੰ ਟੱਪ ਗਈ, ਔਰ ਇਸ ਕਰ ਕਹਾ ਵੀਰ ਇਵ ਡਾਕਟਰ ਯੋ ਪੀ ਕੇ ਚੁੱਗ ਯੋ ਦੱਸ ਰਿਹਾ ਵੀ ਮੈਡੀਕਲ ਡਿਟੈਕਸ਼ਨ ਡੋਗ ਪੀੜਤਾਂ ਕੀ ਪਛਾਣ ਕਰੇਗਾ, ਇਵ ਕਹਾ ਕੁੱਤਿਆਂ ਕੀ ਕਹਾ ਯੋ ਲਾਵੇਂਗੇ, ਕਹਾ ਕੁੱਤਿਆਂ ਨੂੰ ਸੰਘਾ ਕਾ ਛੱਡੇਂਗੇ ਬੰਦਿਆਂ ਪਰ। ਲੈਬਰਾ ਡੋਗ ਹੋਵਾ ਜਿਹੜਾ ਇੱਕ ਤੋਂ ਯੋ ਕੁੱਤਾ ਲੈਬਰਾ, ਇੱਕ ਜਰਮਨ ਸੈਫਟ ਹੋਵਾ ਜਿਹੜਾ, ਇੱਕ ਬੈਲਜੀਅਨ ਸੈਫਟ ਹੋਵਾ, ਇਹ ਨਸਲ ਕੇ ਕੁੱਤੇ ਕਹਾ ਉਹ ਤਾਂ ਸੁੰਘ ਕੇ ਮਿੰਟਵਾਂ ਦੱਸਦਿਆਂ ਵੀ ਕਿੱਥਾ ਕਿਆ ਪਿਆ, ਹਾਏ ਉਹ ਬੰਦੇ ਬੰਦਿਆਂ ਮੈਂ ਛੱਡ ਦੇਗਾ, ਬਸ ਟੈਸਟ ਕਰਨ ਦੀ ਲੋੜ ਨਹੀਂ, ਕਹਾ ਦੱਸਦੇ ਸੁੰਘ ਕਾ ਦੱਸਦੇ ਵੀ ਸਮਾਂ ਬੜ ਰਿਹਾ ਕਰੋਨਾ, ਬਸ ਜਦੇ ਚੱਕ ਆ ਗੱਡੀ ਮੈਂ ਗੇਰ ਕਾ ਕਾ ਕਰੇਗੇ ਟੈਸਟ ਟੂਸ ਕਾ। ਔਰ ਵੀਰ ਯੋ ਕਹਿ ਲਓ ਵੀ ਯੋ ਚੁੰਘ ਦੱਸ ਰਿਹਾ ਕਹੇ ਵੀਰ ਯੂਰਪਾਂ ਤੋਂ ਲੱਗ ਗਏ ਕਰ ਨਾ ਕੁੱਤੇ ਛੱਡ ਗਾ ਬੰਦਿਆਂ ਵਾ ਟੈਸਟ, ਲੰਡਨ ਵਾਂ ਵੀ ਹੋ ਰਿਹਾ ਕਹਾ ਉਹ ਕੁੱਤੇ ਕਰ ਰਹੇ ਕੈਮ ਵੀਰ। ਔਰ ਉੱਧਰ ਮਰੂਤੀ ਕਾਰ ਵਾਲੇ ਕਹਿ ਰਹੇ ਵੀਰ ਕਹਾ ਪਲਾਂਟ ਤੋਂ ਆਪਾਂ ਚਲਾ ਲੇਂਗੇ, ਕਹਾ ਸਰਕਾਰ ਤੋਂ ਕਹਿੰਦੇ ਚਲਾ ਲਿਓ ਗੁਰੂਗ੍ਰਾਮ ਆ ਜਿਹੜਾ ਲਾਇਆ ਉੱਥਾ, ਪਰ ਯੋ ਮਰੂਤੀ ਸਜੂਕੀ ਦਾ ਚੇਅਰਮੈਨ ਆਰ ਸੀ ਭਾਰਗਵ ਕਹਿ ਰਿਹਾ ਕਹਾ ਵੀਰ ਕੰਮ ਤੋਂ ਕਰ ਲੇਂਗੇ ਸ਼ੁਰੂ, ਗੱਡੀਆਂ ਤਿਆਰ ਵੀ ਕਰ ਦੇਂਗੇ, ਗੱਡੀਆਂ ਵੇਚਣ ਵਾਲੀ ਦੁਕਾਨਾਂ ਤੋਂ ਖੁੱਲ੍ਹ, 50% ਗੱਡੀਆਂ ਤੋਂ ਚਲਾਓ ਰੋਡ ਪਰ ਤਾਂ ਹੀ ਬਣਾਵੇ, ਗੱਡੀਆਂ ਬਣਾ ਬਣਾ ਕੇ ਅੰਦਰ ਕਿੱਥਾ ਖੜੀਆਂ ਕਰ ਲੇ ਗੱਡੀ, ਇਹੋ ਕੋ ਉੱਥਾ ਕੋਈ ਵੀਰ ਕਾਰਾਂ ਜੋ ਖਿਲਾਉਣੇ ਵਾਲੀਆਂ ਤੋਂ ਹੈ ਨਹੀਂ ਵਿਚਾਕਾ, ਸਟੋਰ ਹੋਰ ਲੈ ਲੇਂਗੇ ਉੱਥਾ ਰੱਖ, ਇਹ ਵੀ ਗੱਡੀਆਂ ਵੀ ਤਾਂ ਹੀ ਬਣੇਗੀਆਂ ਕਹਾ ਜੇ ਗੱਡੀਆਂ ਖਰੀਦਣ ਵਾਲੇ ਮਿਲੇਂਗੇ ਅੱਗਾ, ਗੱਡੀਆਂ ਤੋਂ ਵਿਕ ਨਹੀਂ ਰਹੀਆਂ ਕਹਾ, ਗੱਡੀਆਂ ਬਣਾ ਕੇ ਕਰੇਂਗੇ ਕਿਆ ਵੀਰ, ਸਰਕਾਰ ਨੇ ਤਾਂ ਆਰਡਰ ਕਰਤੀ। ਇਹ ਭੱਠੇ ਵਾਲਿਆਂ ਨੂੰ ਕਹਾ ਭੱਠੇ ਚਲਾ ਲਿਓ, ਇਹ ਭੱਠੇ ਵਾਲਾ ਇੱਕ ਵਾਰ ਲਾਈਟ, ਦੂਈ ਵਾਰ ਲਾਈਟ, ਚੌਥੀ ਵਾਰ ਲਾਈ, ਇੱਟਾਂ ਇੱਟਾਂ ਹੋ ਜਾਏਗੀਆਂ, ਵੇਚੇਗਾ ਨਹੀਂ ਵੀਰ, ਇੱਟਾਂ ਜਾਏਗੇ ਕਿੱਥਾ, ਇਸ ਕਰਕੇ ਕਹਿ ਰਹੇ ਵੀਰ ਪਹਿਲਾਂ ਵੇਚਣੇ ਦਾ ਜਗਾੜ ਕਰੋ, ਬਣਾਉਣ ਨੂੰ ਆਪਾਂ ਮਿੰਟ ਲਾਵਾਂ ਚਲੋ। ਔਰ ਉੱਧਰ ਵੀਰ ਯੋ ਮੋਦੀ ਨੇ ਆਪਣੇ ਆੜੀ ਨੂੰ ਟੈਲੀਫੋਨ ਕਰਿਆ ਵੀਰ, ਯੋ ਕਹਿ ਰਿਹਾ ਵੀਰ ਇਸਕਾ ਨਾਂ ਮੋਹਨ ਲਾਲ ਬੋਠਿਆਲ, ਯੋ ਬੋਠਿਆਲ ਨੂੰ ਟੈਲੀਫੋਨ ਕਰਿਆ ਵੀਰ, 76 ਸਾਲ ਕਾ ਬਾਬਾ, ਯੋ ਮੋਦੀ ਨੇ ਲਾਇਆ 8:26 ਮੈਂ ਟੈਲੀਫੋਨ, ਉੱਤਰਾਖੰਡ ਕੀ ਪੌੜੀ ਜ਼ਿਲ੍ਹੇ ਮਾਰਾ ਵਾ, ਯੋ ਇਸਕਾ ਨਾਂ ਹੈ ਪਿੰਡ ਕਾ ਨਾਂ ਹੈ ਦੁਡੱਗਾ, ਦੁਡੱਗੇ ਕੇ ਵਿੱਚ ਮਾਰਾ ਹਾ ਯੋ, ਔਰ ਏਕਾ ਪਿੰਡ ਇਸਕਾ ਪਵਾ ਕਣਕ ਕੇ ਖੇਤਾਂ ਮੈਂ ਜਾ ਰਿਹਾ ਤਾ, ਔਰ ਟੈਲੀਫੋਨ ਆਇਆ ਜਦ ਕਹਿ ਵੀ ਉਹ ਤੋਂ ਕਹਾ ਮੋਦੀ ਸਾਹਿਬ ਨੇ ਬਾਤ ਕਰਨੀ, ਬਾਬਾ ਹੋ ਗਿਆ ਖੁਸ਼। ਔਰ ਫਿਰ ਵੀਰ ਯੋ ਕਹਿ ਲਓ ਵੀ ਪੁੱਛਿਆ ਵੀ ਠੀਕ ਤਾਂ ਕਿਸ ਤਰ੍ਹਾਂ ਕਰੋਨੇ ਤੇ ਬਚਿਆ ਵਾ, ਹਰ ਵਾਹ ਕਹਿ ਰਿਹਾ ਠੀਕ ਵੀਰ, ਬਹੁਤ ਖੁਸ਼ ਹੋਏ ਪਿੰਡ ਵਾਲੇ, ਬਹੁਤ ਖੁਸ਼ ਹੋਏ ਵੀਰ। ਔਰ ਉੱਥਾ ਦਿੱਲੀ ਮਾਂ ਆਇਓ, ਦਿੱਲੀ ਗੇਟ ਬਾਲ ਸੁਧਾਰ ਮਾਂ, 11 ਨਿਆਣਿਆਂ ਨੇ ਪੁਲਿਸ ਵਾਲੇ ਸਿਕਿਉਰਿਟੀ ਗਾਰਡਾਂ ਨੂੰ ਕੁੱਟ ਕਾ ਉੱਥਾ ਤੇ ਦੌੜ ਗਏ ਵੀਰ, 13 ਨਿਆਣੇ ਤੇ ਸਾਰੇ ਉੱਥਾ 11 ਭੱਜ ਗਏ, ਲੈ ਦੱਸ 13 ਬੰਦਿਆਂ ਵਾ ਇਤਨੀ ਬੜੀ ਜੇਲ, ਔਰ 13 ਬੰਦੇ ਜੋ ਜਵਾਕ ਜਿਹੜੇ ਬੰਦੇ ਭੱਜ ਗਏ ਉੱਥਾ ਦੇ, ਔਰ 2 ਸੁਰੱਖਿਆ ਕਰਮਚਾਰੀ ਇਲਾਜ ਕਰਨ ਵਾਸਤਾ ਸੁਸਰਾਤ ਟਰਾਮਾ ਸੈਂਟਰ ਮਾਂ ਦਾਖਲ ਕਰਾਇਆ, ਨਿਆਣਿਆਂ ਤੋਂ ਮਾਰੀਆਂ ਕਸੂਤੀਆਂ ਗੁੱਝੀਆਂ ਸੱਟਾਂ ਮਾਰੀਆਂ ਇਹਨਾਂ, ਦੌੜ ਗਏ ਵੀਰ, ਪਤਾ ਹੀ ਲੱਗਾ ਕਿਹੜੀ ਖੱਟਾਂ ਵੱਲ ਲੁੱਕੇ ਜਾ ਕਾ, ਇਹ ਵੀ ਕਿਆ ਲੱਭੇਗੇ ਜਾ ਕਾ ਇਹਨਾਂ ਨੂੰ ਦੱਸ। ਔਰ ਕੇਂਦਰ ਸਰਕਾਰ ਨੇ ਕਹਾ ਵੀ ਉਹ ਜਿਹੜੀਆਂ ਪੈਨਸ਼ਨਾਂ ਵਾਂ ਮਾਰਤੀ ਕੈਂਚੀ, ਇਹ ਵੀਰ ਮਹਿੰਗਾਈ ਭੱਤੇ ਵਾਂ ਮਾਰਤੀ ਕੈਂਚੀ, ਜੁਲਾਈ ਤੱਕ ਵਾਧਾ ਨਾ ਕਰਨ ਦਾ ਫੈਸਲਾ ਕਰਿਆ ਵੀ ਕੋਈ ਪੈਨਸ਼ਨ ਧਾਰਕ ਕੇ ਮਹਿੰਗਾਈ ਭੱਤੇ ਵਾਂ ਨਹੀਂ ਵਾਧਾ ਹੋਵੇਗਾ, ਜੋ ਆ ਰਿਹਾ ਬਸ ਵਾਹੀ ਮਿਲੇਗਾ। ਇਸ ਕਰਕੇ ਕਰੋਨਾ ਹੋ ਗਿਆ ਨਾ ਵੀਰ, ਕਹਿ ਰਹੇ ਵੀ ਕਰੋਨੇ ਕਰਕੇ ਨਹੀਂ ਵੀਰ ਆਪਾਂ ਦੇ ਸਕਦੇ ਜ਼ਿਆਦਾ ਮਾਲ ਪੱਤਾ। ਚਲੋ ਖੈਰ, ਯੋ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਥਾਂ, ਬਹੁਤ ਪਿਆਰ ਦੇ ਰਹੇ ਥਾਰਾ, ਬਹੁਤ ਧੰਨਵਾਦ। ਆਜ ਰੇਡੀਓ ਕੇ ਉੱਪਰ ਆਪਾਂ ਥਾਰੇ ਗੱਲ ਰੋਜ਼ ਪ੍ਰੋਗਰਾਮ ਸ਼ੇਅਰ ਕਰਾਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਲਾਡੇ ਕੀ ਸਾਰਿਆਂ ਨੂੰ ਵੀਰ ਪਿਆਰ ਭਰੀ ਸਤਿ ਸ੍ਰੀ ਅਕਾਲ।